वेलकम टू खन्ना न्यूज़ लाइव। अज पुलिस जिला खन्ना दे मुख दफ्तर विखे पुलिस शहीदी दिहाड़ा मनाया गया। इस मौके देश भर विच अमन कानून बहाल रखन अते देश दी राखी लई कुर्बानियां करन वाले पुलिस अधिकारियां अते कर्मचारियां नूं श्रद्धांजलियां भेंट कीतियां गईयां अते शहीदां दे परिवारां नूं सन्मानित कीता गया। पुलिस जिला खन्ना दे SSP हरप्रीत सिंह ने दस्सिया कि पुलिस विभाग वल्लों हर साल शहीद पुलिस अधिकारियां अते कर्मचारियां दी निघी याद नूं समर्पित करदिआं इह समागम आयोजित कीता जांदा है। पुलिस वल्लों शहीदां दे परिवारां दीआं मुश्किलां नूं हल करन लई समय समय ते उपराले कीते जांदे हन। SPO नरेंद्र कुमार जी दे परिवारक मैंबर सिंह जी दे परिवारक मैंबर ਮੋਹਨ ਸਿੰਘ ਬਹੁਤ ਸੇ ਆਪਣੇ ਪਰਿਵਾਰ ਚੋਂ ਜਿਹਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਗੁਰਦਾਸ ਸਿੰਘ ਸਰਾਈ ਕੀ ਲੱਗਦਾ ਸੀ ਆਪਣਾ ਮੇਰਾ ਲੜਕਾ ਸੀ ਕਿੰਨੀ ਕੁ ਉਮਰ ਸੀ ਉਹਦੀ ਜੋ ਸ਼ਹਾਦਤ ਉਹਦੀ ਉਸ ਵੇਲੇ 24 ਸਾਲ ਦੀ ਸੀ ਕਿੱਥੇ ਕਿਹੜੀ ਡਿਊਟੀ ਦੌਰਾਨ ਦੀ ਸ਼ਹਾਦਤ ਪ੍ਰਾਪਤ ਹੋਈ ਸੀ ਉਹ ਸਰੰਦ ਡਿਊਟੀ ਸੀ ਜੀ ਉਹਦੀ ਖੇੜਾ ਚੌਂਕੀ ਅੱਛਾ ਜੀ ਆਤੰਕਵਾਦੀ ਦਾ ਟਾਈਮ ਹੋਈ ਸੀ ਆਤੰਕਵਾਦੀ ਜੀ 5 ਅਗਸਤ 1991 ਨੂੰ 91 ਨੂੰ ਹੋਈ ਸੀ ਅੱਛਾ ਜੀ ਨਾਸ਼ਤਾ ਲੈ ਕੇ 5 ਬੰਦੇ ਮਾਰੇ ਸੀ ਸਾਡੇ ਮਨ ਉੱਪਰ ਸਾਰੇ ਰਾਤ ਨੂੰ ਅਟੈਕ ਕਰਕੇ ਇਹ ਛੁੱਟੀ ਆਇਆ ਸੀ ਉਸ ਦਿਨ ਇੱਕ ਦਿਨ ਦੀ ਛੁੱਟੀ ਸੀ ਕਈ ਵਿਆਹ 'ਚ ਸ਼ਾਮਿਲ ਹੋਣਾ 5 ਬੰਦੇ ਰਾਤ ਨੂੰ ਅਠਾ ਕੇ ਮਾਰੇ ਸੀ 2:30 ਗੋਲੀਆਂ ਮਾਰੀ ਸੀ ਬਾਹਰ ਜਾ ਕੇ ਦੋ ਤਰ੍ਹਾਂ ਵਾਲੀ ਮਰੀਜ਼ ਕਰਕੇ ਦਿੱਤੇ ਨਾ ਪਹਿਲੀ ਮੋਟਰ ਦਿੱਤੀ ਉਹਨਾਂ ਦੀ ਕਮੀ ਤਾਂ ਜ਼ਰੂਰ ਤੁਹਾਨੂੰ ਹਮੇਸ਼ਾ ਖੜਕਦੀ ਰਹੂਗੀ ਕਿੱਦਾਂ ਦਾ ਤੁਸੀਂ ਹੁਣ ਮਹਿਸੂਸ ਕਰ ਰਹੇ ਹੋ ਜਿਹੜੇ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਬਹੁਤ ਘਾਟਾ ਮਹਿਸੂਸ ਕਰ ਰਹੇ ਜੀ ਅਸੀਂ ਤਾਂ ਵੀ ਨਹੀਂ ਆ ਸਕੇ ਹੁਣ ਦੇਖਦੇ ਉਹਦੇ ਨਾਲ ਦੇਖਦਾ ਸਬ ਇੰਸਪੈਕਟਰ ਬਣੇ ਹੋਏ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਛੋਟਾ ਬੱਚਾ ਇੱਕ ਮੇਰਾ ਮੁੰਡਾ ਜੀ ਉਹ ਵਿਆਹ ਹੈ ਔਰ ਇੱਕ ਕਾਕਾ ਇੱਕ ਗੁੱਡੀ ਹੈ ਮੈਂ ਮੇਰੇ ਘਰ ਜੀ ਗੁਰਦਾਸ ਦੀ ਮਾਂ ਹੈ ਜੀ ਸਰਕਾਰ ਵੱਲੋਂ ਕੋਈ ਤੁਹਾਨੂੰ ਮਿਲੀ ਕੋਈ ਮਤਲਬ ਹਾਂ ਉਹਦੀ ਬਾਇਸ ਸੀ ਜੀ ਉਹਦੇ ਬੱਚਾ ਕੋਈ ਨਹੀਂ ਸੀ ਉਹਨੇ ਮੇਰਾ ਦੂਜਾ ਮੁੰਡਾ ਵੱਡਾ ਸੀ ਉਹ ਵਿਆਹ ਹੈ ਸੀ ਇਹ ਛੋਟਾ ਸੀ ਉਹ ਲੜਕੀ ਫਿਰ ਉਹਦੇ ਬੱਚਾ ਕੋਈ ਨਹੀਂ ਸੀ ਉਹ ਫਿਰ ਆਪਣੇ ਘਰ ਚਲੀ ਮਜਬੂਰੀ ਦਾ ਕਿਉਂਕਿ ਮੇਰਾ ਦੂਜਾ ਮੁੰਡਾ ਵਿਆਹ ਸੀ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਜਵਾਨ ਪੁੱਤ ਚਲੇ ਜਾਂਦੇ ਆ ਮਾਂ ਪਿਓ ਦੇ ਜੀ ਘਾਟਾ ਪੂਰਾ ਹੀ ਨਹੀਂ ਹੋ ਸਕਦਾ ਕੁਛ ਇੱਕੋ ਹੀ ਬੇਟਾ ਸੀਗਾ ਬੇਟੀ ਬਾਅਦ 'ਚ ਹੋਈ ਹੈ ਇਹ ਆਪਾਂ ਇੰਨੀ ਕੁ ਚੀਜ਼ਾਂ ਨੂੰ ਕੀ ਕਰਨਾ ਸਾਨੂੰ ਕੋਈ ਲੋਕਾਂ ਨੂੰ ਫੌਜੀਆਂ ਨੂੰ ਇੰਨਾ ਨਾ ਕੁਛ ਦਿੰਦੇ ਸਾਨੂੰ ਕੀ ਦਿੱਤਾ ਸਾਨੂੰ ਕੁਛ ਨਹੀਂ ਦਿੱਤਾ ਸਾਨੂੰ 1-1 ਲੱਖ ਰੁਪਇਆ ਉਸ ਟਾਈਮ ਦਾ ਦਿੱਤਾ ਹੁਣ ਮਾੜੀ ਜਿਹੀ ਤਿਲਜਣ ਵਧੀਆ ਮੇਰਾ ਤਾਂ ਗੁਜ਼ਾਰਾ ਵੀ ਹੈ ਨਹੀਂ ਜਗ੍ਹਾ ਵੀ ਹੈ ਨਹੀਂ ਜ਼ਮੀਨ ਵੀ ਹੈ ਨਹੀਂ ਕੁਛ ਨਹੀਂ ਹੈਗਾ ਅੱਜ ਮੈਂ ਦਰਖਾਸਤ ਦੇ ਕੇ ਆਈ ਹਾਂ ਸਰ ਕੋਲ ਵੀ ਸਰ ਮੈਨੂੰ ਪਲਾਟ ਦਿਓ ਮੈਂ ਘਰ ਪਾਉਣਾ ਮੈਂ ਕਿਰਾਏ 'ਤੇ ਰਹਿੰਦੀ ਬੱਚੇ ਮੇਰੇ ਛੋਟੇ ਛੋਟੇ ਆ ਹੁਣ ਮੇਰੀ ਬੇਬੀ ਭਰਤੀ ਉੱਦਾਂ ਦੀ ਰਹਿ ਉਹਦਾ ਜਿਹੜਾ ਬੇਟਾ ਬੇਟੇ ਨੂੰ ਕੋਈ ਨੌਕਰੀ ਤਾਂ ਨਹੀਂ ਬੇਟੇ ਨੂੰ ਦਿੱਤੀ ਸੀ ਬੇਟਾ ਵੀ ਦਿਮਾਗੀ ਤੌਰ ਹੋ ਗਿਆ ਸੀ ਫਿਰ ਬਾਅਦ 'ਚ ਸਰਕਾਰ ਨੇ ਕਰ ਮੈਂ 3-4 ਵਾਰੀ ਗਈ ਸੀ ਕੁਛ ਨਹੀਂ ਸੁਣਾਈ ਨਹੀਂ ਸੀ ਕੋਈ ਫਿਰ ਮੈਂ ਬਹਿ ਗਈ ਹਾਰ ਕੇ ਹੁਣ ਮੈਂ ਦਿਹਾੜੀ ਜੋਤਾ ਤੁਹਾਡੀ ਉਮਰ ਕਿੰਨੀ ਕੁ ਮੇਰੀ ਤਾਂ ਹੁਣ ਉਮਰ 50 ਸਾਲ ਦੀ ਉਦੋਂ ਵੀ ਮੇਰੀ ਉਮਰ ਕੁਛ ਨਹੀਂ ਸੀ 18 ਸਾਲ ਦੀ ਸੀ ਜਦੋਂ ਮੇਰੀ ਮੈਰਿਜ ਹੋਈ ਫਿਰ ਤੁਸੀਂ ਉਹਨੂੰ ਆਪ ਆਪਣੇ ਵਾਸਤੇ ਉਦੋਂ ਇਹ ਕਹਿੰਦੇ ਸੀ ਵੀ ਇੱਕ ਨੂੰ ਨੌਕਰੀ ਦਵਾਉਣੀ ਆ ਭਾਵੇਂ ਬੇਟੇ ਨੂੰ ਦਵਾ ਲਓ ਭਾਵੇਂ ਤੁਸੀਂ ਆਪ ਕਰ ਹੁਣ ਤੱਕ ਘਰ ਦੇ ਵਿੱਚ 4-4-5 ਮੇਰਾ ਤਾਂ ਇੰਨਾ ਸੋਚਿਆ ਨਹੀਂ ਨਾਲੇ ਮੈਨੂੰ ਐਡਾ ਰਾਸ਼ਟਰਪਤੀ ਮੈਡਲ ਮੇਰਾ ਮੇਰੇ ਘਰ ਦੇ ਨੇ 5 ਮਾਰ ਕੇ ਮਰੇ ਮੈਨੂੰ ਤਾਂ ਕੁਛ ਨਹੀਂ ਮਿਲਿਆ ਮਤਲਬ ਸਰਕਾਰ ਵੱਲੋਂ ਤੁਹਾਨੂੰ ਕੋਈ ਮਦਦ ਨਹੀਂ ਮਿਲੀ ਪ੍ਰਾਪਤ ਇੱਕ ਟਾਈਮ ਦਾ ਉਸੇ ਟਾਈਮ ਦਾ 1.5 ਲੱਖ ਰੁਪਏ ਮੈਨੂੰ ਮਿਲਿਆ ਹੋਇਆ ਸੀ ਉਸ ਤੋਂ ਬਾਅਦ ਤੁਹਾਨੂੰ ਕੋਈ ਸਾਨੂੰ ਕੋਈ ਨਹੀਂ ਮਿਲਿਆ ਹੁਣ ਮੇਰੀ ਤਿਲਚਣ ਵਧੀਆ ਸਾਲ ਤੱਕ ਪਹਿਲਾਂ ਮੈਨੂੰ ਕੁਛ ਨਹੀਂ ਸੀ ਮਿਲਿਆ 1.5 ਲੱਖ ਰੁਪਏ ਮਿਲਿਆ ਸੀ ਉਸੇ ਟਾਈਮ 1.5-2 ਲੱਖ ਰੁਪਏ ਇਸ ਤੋਂ ਇਲਾਵਾ ਜਿਵੇਂ ਅੱਜ 21 ਤਰੀਕ ਹਾਂਜੀ 21 ਤਰੀਕ ਤੋਂ ਇਲਾਵਾ ਜਿਵੇਂ ਮਨਾਇਆ ਜਾਂਦਾ ਇਹ ਤੋਂ ਇਲਾਵਾ ਵੀ ਤੁਸੀਂ ਕਦੇ ਆ ਕੇ SSP ਸਾਹਿਬ ਨੂੰ ਜਾ ਕੇ ਅਫਸਰ ਨੂੰ ਉੱਚ ਅਧਿਕਾਰੀ ਨੂੰ ਮਿਲੇ ਨਹੀਂ ਅਫਸਰਾਂ ਨੂੰ ਅਸੀਂ ਬਹੁਤ ਵੀਰੀ ਮਿਲੇ ਹਾਂ ਕੀ ਕਰੀਏ ਹੁਣ ਇੱਥੇ ਕੋਈ ਸ਼ਿਕਾਇਤ ਵੀ ਨਹੀਂ ਕਰ ਸਕਦੇ ਕੁਛ ਨਹੀਂ ਕਰ ਸਕਦੇ ਅਸੀਂ ਚੁੱਪ ਕਰਕੇ ਸਾਨੂੰ ਤਾਂ ਇੱਕ ਸਾਡਾ ਨਵਾਂ ਜਾਗਰਾ ਕਰ ਦਿੰਦੇ ਨੇ ਜਿੱਦਾਂ ਅਸੀਂ ਇੱਥੇ ਆਉਂਦੇ ਨਾ ਸਾਨੂੰ ਨਵਾਂ ਜਾਗਰਾ ਕਰ ਦਿੰਦੇ ਨੇ ਅਸੀਂ ਤਾਂ 2-2 ਦਿਨ 4-4 ਦਿਨ ਉੱਠ ਨਹੀਂ ਸਕਦੇ ਸਾਡੇ ਨਵੇਂ ਅੱਖਾਂ ਮੁਰੇ ਖੂਨ ਆ ਜਾਂਦਾ ਵੀ ਆਪ ਤਾਂ ਤੁਰੇ ਫਿਰਦੇ ਨੇ ਇੰਨਾ ਖਾਤਰੀ ਤੁਰੇ ਨੇ ਮੇਰੇ ਘਰ ਦੇ ਇੰਨੇ ਜਵਾਨ ਸੀਗੇ ਇੰਨਾ ਕੁਛ ਕੀਤਾ ਸੀਗਾ ਪਲੇਅਰ ਸੀਗੇ
ਲੱਖ ਦਿੰਦੇ ਨੇ ਸਾਨੂੰ ਕੁਛ ਮਾੜਾ ਮੋਟਾ ਦੇਖੋ ਮੇਰੇ ਕੋਲ ਪਲਾਟ ਵੀ ਹੈ ਨੀ ਮੈਂ ਤੁਹਾਨੂੰ ਪਲਾਟ ਦੀ ਮੰਗ ਪਾ ਕੇ ਸਰ ਵੀ ਮੈਂ ਘਰ ਪਾਉਣਾ ਮੈਂ ਆਪਣੇ ਦਿਓਰ ਦੇ ਘਰ 'ਚ ਰਹਿੰਦੀ ਹਾਂ ਪਿਲਸ਼ਨ ਨਾਲ ਮੇਰਾ ਘਰ ਪੈਂਦਾ ਪਿਲਸ਼ਨ ਨਾਲ ਮੇਰਾ ਕੋਈ ਘਰ ਨਹੀਂ ਪੈਂਦਾ ਬਸ ਮੇਰੇ ਇਹ ਹੈਗਾ ਵੀ ਜਿਹੜਾ ਮੇਰਾ ਮਾੜਾ ਮੋਟਾ ਕੋਈ ਸਾਨੂੰ ਸਰਕਾਰ ਮਦਦ ਕਰ ਦੇ ਊਂ ਹੁਣ ਬਥੇਰਾ ਦਿੰਦੇ ਨੇ ਇੰਨੇ ਲੱਖ ਦਿੱਤੇ ਇੰਨੇ ਲੱਖ ਸਾਨੂੰ ਕੀ ਲੱਖ ਮੇਰਾ ਤਾਂ ਇੱਦਾਂ ਦਾ ਆਦਮੀ ਪਤੀ ਸੀਗਾ ਜਿੱਦਾਂ ਦਾ ਕੋਈ ਦੇਖ ਨਹੀਂ ਸੀ ਜਿਹੜੇ ਜਿਹੜੇ ਜਵਾਨ ਜਿਹੜੇ ਸ਼ਹੀਦ ਹੋਏ ਹੈ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਤੇ ਉਹਨਾਂ ਨੇ ਜਿਸ ਕਰਕੇ ਇਹ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਚੀਜ਼ਾਂ ਨੂੰ ਯਾਦ ਕਰਨ ਵਾਸਤੇ ਅਤੇ ਫੋਰਸ ਦਾ ਮੋਰਾਲ ਜਿਹੜਾ ਹੈ ਹੋਰ ਬੂਸਟ ਅਪ ਕਰਨ ਵਾਸਤੇ ਹਾਈ ਕਰਨ ਵਾਸਤੇ ਜਿਹੜਾ ਹੈਗਾ ਇਹ ਡੇ ਜਿਹੜਾ ਹੈ ਅੱਜ ਸੈਲੀਬ੍ਰੇਟ ਕੀਤਾ ਗਿਆ ਇਹਦੇ ਵਿੱਚ ਜਿਹੜੇ ਜਿਵੇਂ ਖੰਨਾ ਜ਼ਿਲ੍ਹੇ ਦੇ ਜਾਣਦੇ ਹੋ ਕਿ 35 ਦੇ ਕਰੀਬ ਜਵਾਨ ਜਿਹੜੇ ਸਾਡੇ ਸ਼ਹੀਦ ਹੋਏ ਸਨ ਮਤਲਬ ਹੋਏ ਤਾਂ ਅਣਗਿਣਤ ਸੀਗੇ ਪਰ ਜਿਹੜੇ ਖੰਨਾ ਜ਼ਿਲ੍ਹੇ ਨਾਲ ਬਿਲੋਂਗ ਕਰਦੇ ਹਨ ਉਹ 35 ਦੇ ਸੀਗੇ ਜਵਾਨ ਉਹਨਾਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਉਹਨਾਂ ਦੇ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਜਿੰਨਾ ਵੱਧ ਤੋਂ ਵੱਧ ਅਸੀਂ ਮਾਣ ਉਹਨਾਂ ਦਾ ਮਾਣ ਸਨਮਾਨ ਕਰ ਸਕੀਏ ਕੀਤਾ ਸਰ ਕੁਛ ਪਰਿਵਾਰ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਜਿਹੜੇ ਨੌਕਰੀਆਂ ਦੀ ਉਹਦੇ ਸੀਗੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਜਾਂ ਅੱਗੇ ਪੜ੍ਹੇ ਹਾਂ ਮੈਂ ਇਹੀ ਹੈ ਜਿਹੜੀਆਂ ਇਹਨਾਂ ਦੀਆਂ ਦੁੱਖ ਤਕਲੀਫਾਂ ਅਸੀਂ ਸੁਣੀ ਆ ਹਾਲੇ ਕੁਛ ਪਰਿਵਾਰ ਹੈਗੇ ਨੇ ਜਿਹੜੀ ਵੀ ਇਹਨਾਂ ਦੀ ਕੋਈ ਦੁੱਖ ਤਕਲੀਫ ਇੱਦਾਂ ਦੀ ਹੋਏਗੀ ਤਾਂ ਉਹ ਉਹਨਾਂ ਦਾ ਕੋਸ਼ਿਸ਼ ਕੀਤੀ ਜਾਏ ਕਿ ਜਿਹੜਾ ਮੇਰੇ ਲੈਵਲ 'ਤੇ ਪੱਧਰ 'ਤੇ ਹੱਲ ਹੋ ਸਕਦਾ ਉਹ ਹੱਲ ਮੇਰੇ ਪੱਧਰ 'ਤੇ ਕੋਸ਼ਿਸ਼ ਕਰਾਂਗੇ ਨਹੀਂ ਹੋਏਗਾ ਤਾਂ ਇਹ ਹੈੱਡਕੁਆਰਟਰ ਲੈਵਲ 'ਤੇ CPO 'ਤੇ ਸਾਡਾ ਪੁਲਿਸ ਹੈੱਡਕੁਆਰਟਰਸ ਹੈ ਉੱਥੇ ਸਾਰਾ ਇਹਨਾਂ ਦਾ ਮਤਲਬ ਜੇ ਪੈਰਵੀ ਕਰਨ ਦੀ ਲੋੜ ਹੋਈ ਤਾਂ ਪੈਰਵੀ ਵੀ ਕੀਤੀ ਜਾਏ ਸਰ ਸਮੇਂ ਸਮੇਂ ਹਰੇਕ ਥਾਣੇ ਦੇ ਵਿੱਚ ਜਿੱਥੇ ਕੋਈ ਮੋਨੀਟਰਿੰਗ ਹੁੰਦੀ ਹੈ ਇਹਨਾਂ ਦੀ ਮੀਟਿੰਗ ਹੁੰਦੀ ਰਹਿੰਦੀ ਹੈ ਜੀ ਬੱਚੇ ਹਾਂ ਬਿਲਕੁਲ ਬਿਲਕੁਲ ਮੈਂ ਵੀ ਦੱਸਾਂਗਾ ਇਹਨਾਂ ਦੀਆਂ ਮੀਟਿੰਗਸ ਅਸੀਂ ਸਾਡੇ ਜਿਹੜੇ ਕਸਟਡ ਅਫਸਰ ਸਾਹਿਬਾਨ ਹੈਗੇ ਨੇ ਸਾਡੇ SHO ਸਾਹਿਬਾਨ ਹੈਗੇ ਨੇ ਕਿਉਂਕਿ ਸਾਡੇ ਕੋਲ ਬਕਾਇਦਾ ਇਹਨਾਂ ਦੀਆਂ ਲਿਸਟਾਂ ਹੈਗੀਆਂ ਨੇ ਇਹਨਾਂ ਦੇ ਟਾਈਮ ਬਾਈ ਟਾਈਮ ਜਦੋਂ ਵੀ ਸਾਨੂੰ ਹੁੰਦਾ ਹੈ ਅਤੇ ਅਸੀਂ ਇਹਨਾਂ ਨਾਲ ਮਿਲਦੇ ਰਹਿੰਦੇ ਹਾਂ ਅਤੇ ਇਹਨਾਂ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਜੇ ਕਿਸੇ ਤਰੀਕੇ ਦੀ ਦੁੱਖ ਤਕਲੀਫ ਹੋਏ ਤਾਂ ਸਾਨੂੰ ਆ ਕੇ ਫੌਰਨ ਦੱਸੋ ਸੋ ਦੈਟ ਉਹਦਾ ਨਿਪਟਾਰਾ ਕੀਤਾ ਜਾ ਸਕੇ ਠੀਕ ਹੈ ਉੱਪਰ ਹੈ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਸ਼ਹੀਦੀ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਜਿੰਨੇ ਵੀ ਸਾਡੇ ਕੰਟਰੀ ਦੇ ਜਿਹੜੇ ਹੈਗੇ ਨੇ ਜਵਾਨ ਜਿਹੜੇ ਸ਼ਹੀਦ ਹੁੰਦੇ ਹਨ ਸ਼ਹੀਦ ਹੋਏ ਹਨ ਜਾਂ ਇਸ ਸਾਲ ਦੇ ਵਿੱਚ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਸੁਣਾਉਣ ਵਾਸਤੇ ਵੈਸੇ ਤਾਂ ਅਸੀਂ ਸਾਰਾ ਸਾਲ ਹੀ ਇਹਨਾਂ ਦੇ ਪਰਿਵਾਰਾਂ ਦੇ ਨਾਲ ਹੁੰਦੇ ਹਾਂ ਇਹਨਾਂ ਨੂੰ ਗਾਏ ਗਾਏ ਮਿਲਦੇ ਰਹਿੰਦੇ ਹਾਂ ਸਾਡੇ ਗਸਟਡ ਅਫਸਰ ਜਿਹੜੇ ਹੈਗੇ ਨੇ ਉਹ ਵੀ ਇਹਨਾਂ ਦੇ ਘਰ ਜਾਂਦੇ ਰਹਿੰਦੇ ਹਨ SHO ਸਾਹਿਬਾਨ ਅਤੇ ਹੋਰ ਹੈ ਪਰ ਇਹ ਹੈ ਕਿ ਇਸ ਦਿਨ ਜਿਹੜਾ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਜੋ ਇਹਨਾਂ ਦਾ ਕੋਸ਼ਿਸ਼ ਕਰੀ ਦੀ ਹੈ ਕਿ ਉਹ ਜੋ ਉਹਨਾਂ ਦਾ ਬਣਦਾ ਮਾਣ ਸਨਮਾਨ ਉਹਨਾਂ ਨੂੰ ਦਿੱਤਾ ਜਾ ਸਕੇ ਸੋ ਇਸ ਕਰਕੇ ਜਿਹੜਾ ਹੈ ਕੀਤਾ ਅਤੇ ਇਹ ਪ੍ਰੋਗਰਾਮ ਕੀਤਾ ਅਤੇ ਜਿਸ ਕਰਕੇ ਇਹ ਪ੍ਰੋਗਰਾਮ ਕਰਨ ਦੇ ਨਾਲ ਜਿਹੜੇ ਸਾਡੇ ਬਾਕੀ ਜਵਾਨ ਆ ਬਾਕੀ ਪੁਲਿਸ ਫੋਰਸ ਆ ਤਾਂ ਕਿ ਉਹਨਾਂ ਦਾ ਵੀ ਮੋਰਾਲ ਦਾ ਹਾਏ ਹੋਵੇ ਬੂਸਟ ਅਪ ਹੋਵੇ ਕਿ ਸਾਡੇ ਜਿਹੜੇ ਜਵਾਨ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਇਸ ਮਤਲਬ ਸਟੇਟ ਪੰਜਾਬ ਸਟੇਟ ਵਾਸਤੇ ਜਿਹੜਾ ਉਹਦੀ ਰਾਖੀ ਕਰਦੇ ਆ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਅਸੀਂ ਚੱਲ ਸਕਦੇ ਖੰਨਾ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।